ਸਨੀ ਮਸੀੜਨਾ ਵਾ। ਹਾਂਜੀ ਸਰ, ਆਪਣੇ ਰਕਸ਼ਾ ਮੰਚ ਵੱਲੋਂ ਤੁਸੀਂ ਆਪਣੇ ਦੀਵਾਲੀ ਦੇ ਸ਼ੁਭ ਦਿਹਾੜੇ 'ਤੇ ਇਸ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ? ਮੈਂ ਗੁਰਦਾਸਪੁਰ ਵਾਸੀਆਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ, ਅਤੇ ਮੈਂ ਇਹ ਵੀ ਕਹਿੰਦਾ ਹਾਂ ਕਿ ਜੋ ਦੀਵਾਲੀ ਪਟਾਕਿਆਂ ਨਾਲ ਮਨਾਉਂਦੇ ਹੋ ਉਹ ਨਾ ਮਨਾਈ ਜਾਏ, ਪ੍ਰਦੂਸ਼ਣ ਨਾ ਫੜਾਇਆ ਜਾਏ। ਜੋ ਮੋਦੀ ਸਰਕਾਰ ਵੱਲੋਂ ਪਲਾਸਟਿਕ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਆਪਣੇ ਗੁਰਦਾਸਪੁਰ ਏਰੀਏ 'ਚ ਵੱਧ ਤੋਂ ਵੱਧ ਇਹਦੀ ਪ੍ਰਬੰਧੀ ਕੀਤੀ ਜਾਵੇ ਅਤੇ ਜਿਹੜੀ ਪਲਾਸਟਿਕ ਨਾ ਵਰਤੋਂ 'ਚ ਆਵੇ। ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਦੀਵਾਲੀ ਦੀ।